ਹੈਲਨੋਲ ਵਰਗੀ ਬੱਚਿਆਂ ਦੀ ਦਵਾਈ ਦੀ ਘਾਟ ਕਾਰਨ ਡਾਕਟਰਾਂ ਦੇ ਵੱਲੋਂ ਮਾਪਿਆਂ ਨੂੰ ਇਹੋ ਸਲਾਹ ਦਿੱਤੀ ਜਾ ਰਹੀ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਉਹ ਆਪਣੇ ਬਿਮਾਰ ਬੱਚਿਆਂ ਨੂੰ ਐਕਸਪਾਇਰ ਹੋਈ ਦਵਾਈ ਨਾ ਦੇਣ ਇਸ ਤੋਂ ਇਲਾਵਾ ਮਾਪਿਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਪਰੋਸੇਯੋਗ ਹੈਲਥ ਪ੍ਰੋਫੈਸ਼ਨਲਸ ਨਾਲ ਗੱਲ ਕਰਕੇ ਆਪਣੇ ਬੱਚਿਆਂ ਦੀ ਬਿਮਾਰੀ ਤੇ ਉਹਨਾਂ ਦੀ ਐਂਜ਼ਾਇਟੀ ਦਾ ਕੋਈ ਹੱਲ ਜ਼ਰੂਰ ਲੱਭਣ ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇਹ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਉਹ ਕਬਰਾਹਟ ਦੇ ਵਿੱਚ ਇਦਾਂ ਦੀਆਂ ਦਵਾਈਆਂ ਨਾ ਖਰੀਦਣ ਤੇ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਬੱਚਿਆਂ ਦੇ ਇਲਾਜ ਦੇ ਲਈ ਹੋਰ ਕਈ ਬਦਲ ਮੌਜੂਦ ਨੇ ਇਸ ਤਰ੍ਹਾਂ ਦੇ ਅਫੜਾ ਤਫੜੀ ਵਾਲੇ ਮਾਹੌਲ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਸ ਦਵਾਈ ਦੀ ਲੋੜ ਹੈ ਹੈਲਥ ਕੈਨੇਡਾ ਦੇ ਵੱਲੋਂ 1 ਅਗਸਤ ਦੇ ਮੱਧ ਵਿੱਚ ਬੱਚਿਆਂ ਦੀ ਦਰਦ ਨਿਵਾਰਕ ਦਵਾਈ ਟੈਨਲੋਲ ਦੀ ਕਾਰਡ ਦੀ ਪੁਸ਼ਟੀ ਕੀਤੀ ਗਈ ਸੀ ਇਹਨਾਂ ਦੇ ਵਿੱਚ ਬੱਚਿਆਂ ਦੇ ਲਈ ਲਿਕਵਿਡ ਟੈਨਲੋਲ ਤੇ ਚਬਾ ਕੇ ਖਾਦੀ ਜਾਣ ਵਾਲੀ ਜਿਹੜੀ ਹੈ ਉਹ ਐਸੈਟ ਮਾਈਟੋਫੇਨ ਜਿਹੜੀ ਹੈ ਉਹ ਟੈਬਲੇਟ ਸ਼ਾਮਿਲ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ